ਪੋਸ ਸੁਕਲ ਇਕਾਦਸੀ, ਪੋਸ ਸੁਕਲ ਇਕਾਦਸੀ ਪੁੱਤਰ ਦਾ ਹੈ, ਇਸ ਕੇ ਉਪਵਾਸ ਸੇ ਪੁੱਤਰ ਕੀ ਪ੍ਰਾਪਤੀ ਹੋਤੀ ਹੈ। ਪ੍ਰਾਚੀਨ ਕਾਲ ਮੇ ਭਦ੍ਰਾਵਤੀ ਨਗਰੀ ਕੇ ਰਾਜਾ ਵਾਸੁਕੇਤੂ ਕੇ ਪੁੱਤਰ ਨ ਹੋਣੇ ਸੇ ਰਾਜਾ ਰਾਣੀ ਦੋਨੋ ਦੁਖੀ ਥੇ। ਉਸਕੇ ਮਨ ਮੇ ਯੇ ਵਿਚਾਰ ਉਠਾ ਕੇ ਪੁੱਤਰ ਕੇ ਬਿਨਾ ਗਜ ਤੁਰੰਗ ਰਥ ਰਾਜ੍ਯ ਨੌਕਰ ਚਾਕਰ ਔਰ ਸੰਪਤੀ ਸਭ ਨਿਰਰਥਕ ਹੈ ਅਤੇ ਪੁੱਤਰ ਪ੍ਰਾਪਤੀ ਕਾ ਉਪਾਅ ਕਰਨਾ ਚਾਹੀਏ। ਇਹ ਸੋਚ ਕਰ ਰਾਜਾ ਇੱਕ ਐਸੇ ਗਹਿਣ ਵਨ ਮੇ ਚਲਾ ਗਿਆ ਜਿਸ ਮੇ ਬੜ ਪੀਪਲ ਬੇਲ ਜਾਮੁਨ ਕੇਲੇ ਕਤੰਬ ਟੇਂਡੂ ਲੀਚੀ ਔਰ ਆਮ ਆਦਿ ਭਰੇ ਹੋਏ ਥੇ। ਜਹਾਂ ਸਿੰਹ ਵਿਆਗਰ ਬਰਾਹ ਸਸ ਮ੍ਰਿਗ ਸ਼ਿਗਾਰ ਔਰ ਚਾਰ ਦੰਤੋਂ ਕੇ ਹਾਥੀ ਆਦਿ ਘੁੰਮ ਰਹੇ ਥੇ। ਸੁੱਕ ਸਾਰਿਕਾ ਕਬੂਤਰ ਪਪੀਹਾ ਔਰ ਉੱਲੂ ਆਦਿ ਬੋਲ ਰਹੇ ਥੇ ਤਥਾ ਸਾਂਪ ਬਿੱਛੂ ਗੋਹ ਔਰ ਕੀਟ ਪਤੰਗ ਆਦਿ ਡਰਾ ਰਹੇ ਥੇ। ਐਸੇ ਸੁਹਾਵਨੇ ਔਰ ਡਰਾਵਨੇ ਜੰਗਲ ਮੇ ਇੱਕ ਅਤਿਅੰਤ ਸੁੰਦਰ ਮਨੋਹਰ ਔਰ ਮਧੂ ਰਤਨਤਰਮ ਜਲ ਪੂਰਨ ਸਰੋਵਰ ਕੇ ਤਟ ਪਰ ਮੁਨੀ ਲੋਕ ਸਤਕਰਮੋ ਕਾ ਅਨੁਸ਼ਠਾਨ ਕਰ ਰਹੇ ਥੇ। ਉਨਕੋ ਦੇਖ ਕਰ ਰਾਜਾ ਨੇ ਆਪਣਾ ਅਵਿਸ਼ਟ ਨਿਵੇਦਨ ਕੀਆ। ਤਬ ਮਹਾਤਮਾਓਂ ਨੇ ਬਤਲਾਇਆ ਕਿ ਆਜ ਪੁੱਤਰ ਦਾ ਇਕਾਦਸੀ ਹੈ, ਇਸ ਕਾ ਉਪਵਾਸ ਕਰੋ ਤੋ ਪੁੱਤਰ ਪ੍ਰਾਪਤ ਹੋ ਸਕਤਾ ਹੈ। ਰਾਜਾ ਨੇ ਵੈਸਾ ਹੀ ਕੀਆ ਔਰ ਭਗਵਤ ਕਿਰਪਾ ਸੇ ਉਸਕੇ ਯਹਾਂ ਸਰਬ ਗੁਣ ਸੰਪੰਨ ਸੁਖ ਸੁੰਦਰ ਪੁੱਤਰ ਪ੍ਰਾਪਤ ਹੁਆ। ਸਭੀ ਪ੍ਰਕਾਰ ਕੇ ਵਰਤੋਂ ਕੀ ਔਰ 18 ਪੁਰਾਣੋ ਕੀ ਜਾਣਕਾਰੀ। ਵੀਡੀਓ ਦੇਖਣੇ ਕੇ ਲੀਏ ਹਮਾਰਾ ਚੈਨਲ ਸਬਸਕ੍ਰਾਈਬ ਕਰੇ ਔਰ ਵੀਡੀਓ ਕੋ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰੇ ਔਰ ਲਾਈਕ ਕਰੇ ਤੋ ਜੋ ਔਰ ਲੋਗੋ ਕੋ ਵੀ ਇਸਕਾ ਲਾਭ ਮਿਲੇ।